ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਆਸ਼ਾ ਜਾਂ ਵਾਲੰਟੀਅਰ ਦੇ ਘਰਾਂ ਦੇ ਵਿੱਚ ਜਾਣਕਾਰੀ ਇਕੱਤਰ ਕਰਨ ਆਉਣ ਤੇ ਉਹਨਾਂ ਦੇ ਨਾਲ ਸਹਿਯੋਗ ਕੀਤਾ ਜਾਵੇ ਸਿਵਲ ਸਰਜਨ ਸਿਵਲ ਸਰਜਨ ਰੂਪਨਗਰ ਡਾਕਟਰ ਐਚ ਐਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਦੋ ਬੈਂਚਾਂ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਸਿਵਲ ਸਰਜਨ ਦੇ ਵੱਲੋਂ ਕੋਵਿਡ 19 ਦੇ ਨਾਲ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦੀ ਕਾਰਗੁਜ਼ਾਰੀ ਦਾ ਰੀਵਿਊ ਕੀਤਾ ਗਿਆ ਤੇ ਜ਼ਰੂਰੀ ਹਦਾਇਤਾਂ ਕੀਤੀਆਂ ਗਈਆਂ ਹਾਊਸ ਟੂ ਹਾਊਸ ਸਰਵੇ ਦੇ ਸਬੰਧ ਦੇ ਵਿੱਚ ਉਹਨਾਂ ਨੇ ਹਦਾਇਤ ਕੀਤੀ ਕਿ ਆਸ਼ਾ ਵਰਕਰ ਅਤੇ ਵਲੰਟੀਅਰਜ਼ ਵੱਲੋਂ ਕੀਤੇ ਜਾ ਰਹੇ ਸਰਵੇ ਦੇ ਅਧੀਨ ਹਰ ਘਰ ਦੇ 30 ਸਾਲ ਜਾਂ ਇਸ ਤੋਂ ਉੱਪਰਲੀ ਉਮਰ ਦੇ ਪਰਿਵਾਰਕ ਮੈਂਬਰ ਦੀ ਸਿਹਤ ਸੰਬੰਧੀ ਜਾਣਕਾਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਪਲੀਕੇਸ਼ਨ ਤੇ ਸਮੇਂ ਸਿਰ ਭਰਨੀ ਯਕੀਨੀ ਬਣਾਈ ਜਾਵੇ ਐਸ ਐਮਓ ਸਮੇਂ-ਸਮੇਂ ਤੇ ਇਸ ਐਪ ਤੇ ਡਾਟੇ ਦੀ ਮੋਨਡ ਰੀਟ੍ਰਿੰਗ ਕਰਨੀ ਤੋਂ ਨਿਸ਼ਚਿਤ ਕਰਨਾ ਇਸ ਤੋਂ ਇਲਾਵਾ ਜਿਸ ਪਿੰਡ ਜਾਂ ਇਲਾਕੇ ਦੇ ਵਿੱਚ ਵਲੰਟੀਅਰ ਨਹੀਂ ਹਨ ਉੱਥੇ ਉਸ ਆਸ਼ਾ ਨੂੰ ਨਵੀਂ ਆਈਡੀ ਨਾਲ ਸਰਵੇ ਕਰਨ ਦੇ ਲਈ ਲਗਾਇਆ ਜਾਵੇ ਆਪਣਾ ਸਰਵੇ ਪੂਰਾ ਕਰ ਲਿਆ ਹੈ ਉਸ ਨੂੰ ਸਿਵਲ ਸਰਜਨ ਡਾਕਟਰ ਸ਼ਰਮਾ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕੋਈ ਆਸ਼ਾ ਜਾਂ ਵਲੰਟੀਅਰ ਘਰਾਂ ਦੇ ਵਿੱਚ ਜਾਣਕਾਰੀ ਇਕੱਤਰ ਕਰਨ ਆਉਂਦੇ ਹਨ ਤੇ ਉਹਨਾਂ ਦੇ ਨਾਲ ਸੰਯੋਗ ਕੀਤਾ ਜਾਵੇ ਕੋਰੋਨਾ ਵਾਇਰਸ ਦੇ ਹਵਾ ਵਿੱਚ ਫੈਲਣ ਦੇ ਦਾਅਵੇ ਤੋਂ ਡਰਨ ਦੀ ਲੋੜ ਨਹੀਂ ਮਾਹਰ ਆਧੁਨਿਕ ਜੀਵ ਵਿਗਿਆਨ ਦੇ ਖੇਤਰ ਦੇ ਵਿੱਚ ਖੋਜ ਕਰਨ ਵਾਲੀ ਸਿਖਰਲੀ ਸੰਸਥਾ ਦੇ ਵਿਗਿਆਨੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਾਗ ਦੇ ਹਵਾ ਵਿੱਚ ਫੈਲਣ ਸੰਬੰਧੀ 200 ਤੋਂ ਵੱਧ ਵਿਗਿਆਨੀਆਂ ਦੇ ਦਾਅਵੇ ਤੇ ਘਬਰਾਉਣ ਦੀ ਲੋੜ ਨਹੀਂ ਉਹਨਾਂ ਨੇ ਕਿਹਾ ਕਿ ਇਸ ਅਧਿਐਨ ਦੇ ਵਿੱਚ ਸਿਰਫ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਵਾਇਰਸ ਹਵਾ ਦੇ ਵਿੱਚ ਕੁਝ ਸਮੇਂ ਤੱਕ ਰਹਿ ਸਕਦਾ ਤੇ ਇਸ ਦਾ ਮਤਲਬ ਇਹ ਨਹੀਂ ਕਿ ਵਾਇਰਸ ਹਰ ਜਗ੍ਹਾ ਪਹੁੰਚ ਰਿਹਾ ਤੇ ਹਰ ਕਿਸੇ ਨੂੰ ਬਿਮਾਰ ਕਰ ਰਿਹਾ ਹੈ। ਸੈਂਟਰ ਫਾਰ ਸੈਕੂਲਰ ਐਂਡ ਮੋਲੀਕੂਲਰ ਬਾਇਓਲੋਜੀ ਦੇ ਨਿਰਦੇਸ਼ਕ ਰਕੇਸ਼ ਮਿਸ਼ਰਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਜ਼ਿਆਦਾ ਸਮੇਂ ਤੱਕ ਮੂੰਹ ਢੱਕ ਕੇ ਰੱਖਣਾ ਚਾਹੀਦਾ ਤੇ ਵਾਇਰਸ ਤੋਂ ਬਚਣ ਦੇ ਲਈ ਇੱਕ ਦੂਜੇ ਤੋਂ ਦੂਰੀ ਰੱਖਣੀ ਚਾਹੀਦੀ ਹੈ। ਕੈਪਟਨ ਦਾ ਸੁਖਬੀਰ ਨੂੰ ਜਵਾਬ ਤੇਲ ਦੀਆਂ ਕੀਮਤਾਂ 'ਚ ਵਾਅਦੇ ਦਿੱਤੇ ਪਹਿਲਾਂ ਕੇਂਦਰ ਨੂੰ ਅਲਵਿਦਾ ਆਖੋ ਪਰ ਉਸ ਤੋਂ ਪਹਿਲਾਂ ਦੋਸਤੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਦਬਕੇ ਵੀਡੀਓ ਨੂੰ ਗਰੁੱਪਾਂ ਦੇ ਵਿੱਚ WhatsApp 'ਤੇ ਸ਼ੇਅਰ ਕਰੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਾਜਪਾ ਵਿੱਚ ਆਪਣੇ ਸਿਆਸੀ ਅਕਾਵਾਂ ਦੇ ਇਸ਼ਾਰਿਆਂ ਤੇ ਨੱਚਣਾ ਬੰਦ ਕਰਨ ਦੀ ਨਸੀਹਤ ਦਿੰਦੇ ਆਖਿਆ ਕਿ ਸੁਖਬੀਰ ਬਾਦਲ ਨੂੰ ਤੇਲ ਤੇ ਵੈਟ ਵਧਾਉਣ ਬਾਰੇ ਸੂਬਾ ਸਰਕਾਰ ਦੇ ਫੈਸਲੇ ਵਿਰੁੱਧ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਕੇਂਦਰ ਦੇ ਨਾਲੋਂ ਗੱਠ ਜੋੜ ਤੋੜਨ ਦੀ ਚੁਣੌਤੀ ਦਿੱਤੀ ਹੈ ਸੁਖਬੀਰ ਦੇ ਵੱਲੋਂ ਵੈਟ ਵਾਅਦੇ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ੱੱਜੀਆਂ ਉਡਾ ਕੇ ਕੀਤੇ ਰੋਸ ਪ੍ਰਦਰਸ਼ਨ ਉੱਤੇ ਪ੍ਰਤੀਕਿਰਿਆ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਜਾਬ ਦੇ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪਾ ਕੇ ਰਾਜਨੀਤੀ ਤੋਂ ਪ੍ਰੇਰਿਤ ਕਦਮ ਨੂੰ ਚੁੱਕਣ ਦੀ ਬਜਾਏ ਕੇਂਦਰ ਸਰਕਾਰ ਅਤੇ ਤੇਲ ਕੀਮਤਾਂ ਘਟਾਉਣ ਲਈ ਦਬਾਅ ਬਣਾਉਣਾ ਚਾਹੀਦਾ ਹੈ ਕਿਉਂਕਿ ਦੇਸ਼ ਦੇ ਵਿੱਚ ਅਣਲੌਕ ਇੱਕ ਦੀ ਸ਼ੁਰੂਆਤ ਤੋਂ ਹੀ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਈ ਗੁਣਾ ਵਾਅਦੇ ਕੀਤੇ ਹਨ ਤੇ ਉਹਨਾਂ ਨੇ ਕਿਹਾ ਕਿ ਵਾਅਦਾ ਦੇਸ਼ ਵਾਸੀਆਂ ਨੂੰ ਹੋਰ ਵੀ ਰੜਕਦਾ ਹੈ ਕਿਉਂਕਿ ਇਹ ਵਾਅਦਾ ਕਮਾਂਤਰੀ ਮੰਡੀ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਗਰਾਵਟ ਦੇ ਬਾਵਜੂਦ ਕੀਤਾ ਗਿਆ ਹੈ ਸੋ ਦੋਸਤੋ ਤੁਸੀਂ ਸੈਂਟਰ ਸਰਕਾਰ ਦੇ ਵੱਲੋਂ ਪੈਟਰੋਲ ਘਟਾਉਣ ਦੇ ਲਈ ਸਹਿਮਤ ਹੋ ਜਾਂ ਨਹੀਂ ਸਹਿਮਤ ਜੇਕਰ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜੈਸ ਲਿਖੋ ਜੇ ਨਹੀਂ ਸਹਿਮਤ ਤਾਂ ਨੋ ਲਿਖੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਨਵਾਂ ਅਕਾਲੀ ਦਲ ਬਣਦਿਆਂ ਹੀ ਢੀਂਡਸਾ ਤੇ ਬ੍ਰਹਮਪੁਰਾ ਚੋਂ ਦੂਛਣ ਬਾਜੀ ਛਿੜੀ ਸੀਨੀਅਰ ਅਕਾਲੀ ਨੇਤਾ ਸੁਖਦੇਵ ਢੀਂਡਸਾ ਦੇ ਵੱਲੋਂ ਨਵੇਂ ਅਕਾਲੀ ਦਲ ਦਾ ਗਠਨ ਕਰਦਿਆਂ ਹੀ ਅਕਾਲੀ ਆਗੂ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਰਦਾਰ ਢਿੰਡਸਾ ਚੋਂ ਆਪਸੀ ਦੂਸ਼ਣਬਾਦੀ ਆਰੰਭ ਹੋ ਗਈ ਹੈ ਆਸ ਕੀਤੀ ਜਾਂਦੀ ਹੈ ਕਿ ਨਵੇਂ ਆਕਾਲੀ ਦਲ ਦੇ ਨਿਸ਼ਾਨੇ ਉੱਪਰ ਸਰਦਾਰ ਬਾਦਲ ਪਰਿਵਾਰ ਹੋਵੇਗਾ ਪਰੰਤੂ ਹੋਇਆ ਇਸ ਦੇ ਉਲਟ ਅਤੇ ਸਿਆਸੀ ਲੜਾਈ ਆਕਾਲੀ ਦਲ ਟਕਸਾਲੀ ਅਤੇ ਸਰਦਾਰ ਢਿੰਡਸਾ ਚੋਂ ਛਿੜ ਗਈ ਵੱਖ-ਵੱਖ ਆਕਾਲੀ ਦਲਾਂ ਦੀ ਏਕਤਾ ਦੀ ਬਜਾਏ ਆਪਸੀ ਲੜਾਈ ਛਿੜ ਗਈ ਤੇ ਆਰੰਭ ਚੋਂ ਹੀ ਇਸ ਲੜਾਈ ਦਾ ਸੰਦੇਸ਼ ਵੀ ਸਿਆਸੀ ਹਲਕਿਆਂ 'ਚੋਂ ਗਲਤ ਗਿਆ ਤੇ ਆਪਸੀ ਏਕਤਾ ਦਾ ਭਰੋਸੇਯੋਗਤਾ ਵੀ ਸ਼ੱਕੀ ਬਣ ਗਈ। ਅੱਜ ਸਾਰਾ ਦਿਨ ਚੈਨਲਾਂ ਦੇ ਉੱਪਰ ਬ੍ਰਮਪੁਰਾ ਤੇ ਢੀਂਡਸਾ ਦੀ ਬਿਆਨਬਾਜ਼ੀ ਹੀ ਚੱਲਦੀ ਰਹੀ। ਬ੍ਰਮਪੁਰਾ ਨੂੰ ਕਿਨਾਰੇ ਕਰਕੇ ਟਕਸਾਲੀ ਆਗੂ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਆਗੂ ਢੀਂਡਸਾ ਨੇ ਪਾਰਟੀ 'ਚ ਸ਼ਾਮਲ ਹੋ ਗਏ ਤੇ ਵੀਰ ਦਵਿੰਦਰ ਸਿੰਘ ਤੇ ਸੇਵਾ ਸਿੰਘ ਸ਼ੇਖਵਾ ਨੂੰ ਕੋਰ ਕਮੇਟੀ ਦੀ ਮੈਂਬਰ ਵੀ ਸਨ ਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਢੀਂਡਸਾ ਦੀ ਤਾਜਪੋਸ਼ੀ ਸਮੇਂ ਸ਼ੇਖਵਾ ਵੱਲੋਂ ਪੁੱਛੇ ਜਾਂ ਤਾਂ ਮੀਡੀਆ ਨੇ ਮੀਡੀਆ ਨੂੰ ਕਿਹਾ ਕਿ ਉਹ ਬ੍ਰਾਂਹਪੁਰਾ ਦੀ ਸਹਿਮਤੀ ਦੇ ਨਾਲ ਆਏ ਹਨ ਪਰੰਤੂ ਜਦ ਬ੍ਰਾਂਹਪੁਰਾ ਨੇ ਬਿਆਨ ਦਿੱਤਾ ਤੇ ਇਹ ਨੇਤਾ ਉਹਨਾਂ ਦੀ ਪ੍ਰਮਾਣਿਕੀ ਤੋਂ ਬਿਨਾਂ ਆਪ ਗਏ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਅਸੀਂ ਹਰੇਕ ਸੂਬੇ ਨੂੰ ਇੱਕ ਖੇਡ ਚੁਣ ਦੇ ਲਈ ਕਿਹਾ ਰੀ ਜੀਜੂ ਖੇਡ ਮੰਤਰੀ ਕਿਰਨ ਰੀ ਜੀਜੂ ਨੇ ਕਿ ਅੱਜ ਕਿਹਾ ਕਿ ਸਰਕਾਰ ਨੇ 올림픽 ਚੋਂ ਵਾਅਦਾ ਤੋਂ ਵਾਅਦਾ ਤਗਮੇ ਹਾਸਲ ਕਰਨ ਦੀ ਮੁਹਿੰਮ ਤਹਿਤ ਹਰੇਕ ਰਾਜ ਨੂੰ ਇੱਕ ਇੱਕ ਖੇਡ ਚੁਣਨ ਦੇ ਇਸ ਦੇ ਵਿਕਾਸ ਤੇ ਧਿਆਨ ਦੇਣ ਦੇ ਲਈ ਕਿਹਾ ਹੈ ਅਰੇ ਜੀਜੂ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਕਾਰਪੋਰੇਟ ਖੇਤਰ ਨੂੰ ਵੀ ਅਜੇਹਾ ਕਰਨ ਲਈ ਕਿਹਾ ਜਾਵੇਗਾ ਉਹਨਾਂ ਨੇ ਕਿਹਾ ਅਸੀਂ ਸੂਬਿਆਂ ਨੂੰ ਇੱਕ ਖੇਡ ਚੁਣਨ ਦੇ ਲਈ ਲਿਖਿਆ ਹੈ ਜਿਵੇਂ ਮਣੀਪੁਰ ਮੁੱਕੇਬਾਜ਼ੀ ਅਤੇ ਸਪੇਕਟਾ ਚੁੰਦਾ ਹੈ ਉਹ ਜਾਂ ਤਾਂ ਉਹ ਫੁੱਟਬਾਲ ਜਾਂ ਤੀਰ ਅੰਦਾਜ਼ੀ ਵੀ ਚੁਣ ਸਕਦਾ ਹੈ ਪਰ ਉਸਨੇ ਜੋ ਵੀ ਖੇਡ ਚੁਣੀ ਹੈ ਉਸ ਤੇ ਧਿਆਨ ਦੇਣਾ ਪਵੇਗਾ ਸੂਬੇ ਚ ਕੋਰੋਨਾ ਦੇ 158 ਨਵੇਂ ਮਾਮਲੇ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 6907 ਪੰਜਾਬ ਚ ਕੋਰੋਨਾ ਵਾਇਰਸ ਦਾ ਕਹਿਰ ਫਿਰ ਤੋਂ ਵਧਦਾ ਜਾ ਰਿਹਾ ਹੈ ਅੱਜ ਕੋਰੋਨਾ ਵਾਇਰਸ ਦੇ 158 ਨਵੇਂ ਕੇਸ ਸਾਹਮਣੇ ਆਏ ਹਨ ਸੂਬੇ ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6907 ਹੋ ਗਈ ਹੈ ਅੱਜ ਕੋਰੋਨਾ ਵਾਇਰਸ ਦੇ ਨਾਲ 3 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਸੂਬੇ ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 178 ਹੋ ਗਈ ਹੈ ਬੁੱਧਵਾਰ ਨੂੰ 158 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੁੱਲ ਮਰੀਜ਼ 274 ਸਿਹਤਯਾਬ ਵੀ ਹੋਏ ਹਨ ਸੂਬੇ ਦੇ ਵਿੱਚ ਹੁਣ ਲਗਭਗ ਹੁਣ ਤੱਕ 360190 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਹੱਕ 'ਚੋਂ ਨਹੀਂ ਪੰਜਾਬ ਸਰਕਾਰ ਕੇਂਦਰ ਨੂੰ ਲਿਖੀ ਚਿੱਠੀ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਸੂਬੇ ਵਿਚਲੇ ਯੂਨੀਵਰਸਿਟੀ ਅਤੇ ਕਾਲਜ ਇਮਤਿਹਾਨ ਨਾ ਕਰਾਏ ਜਾਣ ਦੇ ਆਪਣੇ ਫੈਸਲੇ ਤੇ ਕਾਇਮ ਹੈ ਜੀ ਸੋ ਇੱਕ ਵਾਰ ਕਾਲਜ ਦੇ ਵਿਦਿਆਰਥੀਆਂ ਤੇ ਯੂਨੀ ਦੇ ਵਿਦਿਆਰਥੀਆਂ ਲਈ ਰਾਹਤ ਪਰਿਖਬਰ ਕੈਪਟਨ ਸਰਕਾਰ ਦੇ ਵੱਲੋਂ ਆ ਰਹੀ ਹੈ ਜੀ ਪਰ ਤੁਸੀਂ ਇਸ ਖਬਰ ਦੇ ਨਾਲ ਕਿੰਨਾ ਕੁ ਸਹਿਮਤ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਦਰਅਸਲ ਕੇਂਦਰ ਸਰਕਾਰ ਤੇ UGC ਵੱਲੋਂ ਸੋਮਵਾਰ ਨੂੰ ਪ੍ਰੀਖਿਆਵਾਂ ਲੈਣ ਦਾ ਐਲਾਨ ਕੀਤਾ ਗਿਆ ਇਸ ਫੈਸਲੇ ਦੇ ਹੱਕ ਚ ਪੰਜਾਬ ਸਰਕਾਰ ਨਹੀਂ ਆ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਤੇ ਪੰਜਾਬ ਦੇ ਉੱਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੌਰਾਨ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪ੍ਰੀਖਿਆਵਾਂ ਲੈਣ ਦੇ ਆਪਣੇ ਫੈਸਲੇ ਬਾਰੇ ਮੁੜ ਵਿਚਾਰ ਕਰੇ। ਸੂਤਰਾਂ ਦੇ ਮੁਤਾਬਕ ਸੂਬਾ ਸਰਕਾਰ ਵੱਲੋਂ ਕੇਂਦਰੀ ਹਾਇਰ ਐਜੂਕੇਸ਼ਨ ਮਨਿਸਟਰ ਅਤੇ UGC ਨੂੰ ਲਿਖੇ ਇੱਕ ਖੱਤ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਰੋਨਾ ਦੇ ਵਾਧੇ ਕੇਸਾਂ ਅਤੇ ਇਸ ਦੇ ਵਾਧੇ ਬਾਰੇ ਬਣੇ ਅਜੇ ਖਤਰੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਨੂੰ ਇਸ ਵੇਲੇ ਇਮਤਿਹਾਨ ਕਰਾਉਣੇ ਸੰਭਵ ਨਹੀਂ। ਇਸ ਵੇਲੇ ਪੰਜਾਬ ਦੇ ਲਗਭਗ ਸਾਰੇ ਕਾਜ ਯੂਨੀਵਰਸਿਟੀ ਹੋਸਟਲ ਖਾਲੀ ਕਰਾ ਲਏ ਗਏ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਫੀਸਾਂ ਦੇ ਮਾਮਲੇ 'ਚ ਹਫਤੇ 'ਚੋਂ ਧਾਇਰ ਕੀਤੀ ਜਾਵੇਗੀ ਅਪੀਲ ਕੈਪਟਨ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਕਿਹਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਫੀਸ ਵਸੂਲਣ ਬਾਰੇ ਜੱਜ ਦੇ ਫੈਸਲੇ ਨੂੰ ਡਬਲ ਬੈਂਚ ਅੱਗੇ ਚੁਣੌਤੀ ਦੇਣ ਦੇ ਲਈ ਹਫਤੇ ਦੇ ਅੰਦਰ ਅੰਦਰ ਐਲਪੀਏ ਦਾਇਰਕ ਕੀਤੀ ਜਾਣੀ ਚਾਹੀਦੀ ਹੈ ਤੇ ਹਾਈ ਕੋਰਟ ਦੇ ਇਸ ਫੈਸਲੇ ਤੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚੋਂ ਗੈਰ ਰਸਮੀ ਗੱਲਬਾਤ ਹੋਈ ਐਡਵੋਕੇਟ ਅਤੁਲ ਨੰਦਾ ਨੇ ਕਿਹਾ ਦੱਸਿਆ ਕਿ ਹਾਈ ਕੋਰਟ ਨੇ 30 ਜੂਨ ਨੂੰ ਫੈਸਲੇ ਚੁਕੇ ਹ ਸੀ ਕਿ ਲਾਕਡਾਊਨ ਦੌਰਾਨ ਆਨਲਾਈਨ ਕਲਾਸਾਂ ਤੋਂ ਬਿਨਾਂ ਵੀ ਸਕੂਲ ਟਿਊਸ਼ਨ ਫੀਸ ਲੈਣ ਦੇ ਹੱਕਦਾਰ ਹਨ ਆਪਣੇ ਫੈਸਲੇ 'ਚੋਂ ਜਸਟਿਸ ਨਿਰਮਲਜੀਤ ਕੌਰ ਨੇ ਕਿਹਾ ਕਿ ਸਾਰੇ ਸਕੂਲ ਭਾਵੇਂ ਉਹਨਾਂ ਨੇ ਲਾਕਡਾਊਨ ਦੌਰਾਨ ਆਨਲਾਈਨ ਕਲਾਸਾਂ ਦੀ ਪੇਸ਼ਕਸ਼ ਕੀਤੀ ਜਾਂ ਨਹੀਂ ਟਿਊਸ਼ਨ ਫੀਸ ਲੈਣ ਦੇ ਹੱਕਦਾਰ ਹਨ ਅਦਾਲਤ ਵੱਲੋਂ ਫੈਸਲੇ ਖਿਲਾਫ 13 ਜੁਲਾਈ ਨੂੰ ਅਪੀਲਾਂ ਤੇ ਸੁਣਵਾਈ ਕੀਤੀ ਜਾਣੀ ਹੈ ਪਰ ਪੰਜਾਬ ਸਰਕਾਰ ਤੇ ਮਾਪਿਆਂ ਅਧਿਆਪਕਾਂ ਸਟਾਫ ਦੇ ਨਾਲ ਨਾਲ ਸਕੂਲ ਪ੍ਰਸ਼ਾਸਨ ਸਮੇਤ ਸਾਰੀਆਂ ਸੰਬੰਧਤ ਧਿਰਾਂ ਦੇ ਹਿੱਤ ਚੂ ਡਿਵੀਜ਼ਨ ਬੈਂਚ ਦੇ ਵੱਲੋਂ ਸੁਣਵਾਈ ਕਰਨ ਦੇ ਲਈ ਅਦਾਲਤ ਚੂ ਜਾਣ ਦਾ ਫੈਸਲਾ ਲਿਆ ਗਿਆ ਹੈ ਸਾਲ ਸਾਲ ਦੇ ਇਤਿਹਾਸ ਚ 21 ਵਾਰ ਟੁੱਟਿਆ ਅਕਾਲੀ ਦਲ ਅੱਜ ਇਹ ਹਾਰ ਰਿਹਾ ਸਫ਼ਰ ਮੰਗਲਵਾਰ ਨੂੰ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਵੱਲੋਂ ਨਵੇਂ ਅਕਾਲੀ ਦਲ ਦਾ ਐਲਾਨ ਕੀਤਾ ਗਿਆ ਭਾਵੇਂ ਢੀਂਡਸਾ ਵੱਲੋਂ ਪੁਰਾਣੇ ਅਕਾਲੀ ਦਲ ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੂਤਰਾਂ ਮੁਤਾਬਕ ਦੋਵੇਂ ਤਿਰੰਵਚਾਲੇ ਪਾਰਟੀ ਦਾ ਨਾਲ ਨੂੰ ਲੈ ਕੇ ਕਾਨੂੰਨੀ ਅੜਿੱਕਾ ਪੈਣਾ ਸੁਭਾਵਕ ਹੈ ਸੂਤਰ ਦੱਸਦੇ ਹਨ ਜੇਕਰ ਢੀਂਡਸਾ ਦਰੈ ਨੂੰ ਪਾਰਟੀ ਰਜਿਸਟਰ ਕਰਨ ਦੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ ਤਾ ਉਹ ਅਕਾਲੀ ਦਲ ਦੇ ਨਾਲ ਡੈਮੋਕ੍ਰੈਟਿਕ ਨਾਮ ਜੋੜ ਸਕਦੇ ਹਨ ਉੰਜ ਅਕਾਲੀ ਸ਼੍ਰੋਮਣੀ ਅਕਾਲੀ ਦਲ ਆਪਣੇ ਗਠਨ ਤੋਂ ਬਾਅਦ ਵੱਖ-ਵੱਖ ਵਿਚਾਰਤਾਂਵਾਂ ਲੈ ਕੇ ਚੱਲਦਾ ਰਿਹਾ ਹੈ ਆਪਣੇ ਗਠਨ ਤੋਂ ਬਾਅਦ ਅਕਾਲੀ ਦਲ ਹੁਣ ਵਕਤ ਤੱਕ 21 ਵਾਰ ਟੁੱਟ ਚੁੱਕਾ ਹੈ ਦਸੰਬਰ ਦੇ ਵਿੱਚ ਅਕਾਲੀ ਦਲ ਸਥਾਪਨਾ ਦੇ 100 ਸਾਲ ਪੂਰੇ ਕਰਨ ਜਾ ਰਿਹਾ ਤੇ ਅਕਾਲੀ ਦਲ ਨੂੰ ਢੀਂਡਸੇ ਨੇ ਝਟਕਾ ਦੇ ਦਿੱਤਾ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਪਰੇਸ਼ਾਨ ਜੋਗੀ ਸਰਕਾਰ ਹੁਣ ਗੱਡੇ ਰੇੜਕੇ ਚੁਨੇਗੀ ਚੁਕੇਗੀ ਕੂੜਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਾਨਪੁਰ ਤੋਂ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਤੋਂ ਨਾ ਤਾਂ ਸਿਰਫ ਆਮ ਨਾਗਰਿਕ ਬਲਕਿ ਯੂਪੀ ਦੀ ਸਰਕਾਰੀ ਵਿਭਾਗ ਵੀ ਇਸ ਦੇ ਸੇਕ ਨੂੰ ਮਹਿਸੂਸ ਕਰ ਰਹੇ ਹਨ ਇਸ ਦੌਰਾਨ ਵਿਭਾਗ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਨਾਲ ਨਜਿੱਠਣ ਦੇ ਲਈ ਨਵੇਂ-ਨਵੇਂ ਉਪਾਅ ਕਰ ਰਿਹਾ ਹੈ ਕੁਝ ਅਜੀਹਾ ਨਗਰ ਨਿਗਮ ਕਾਨਪੁਰ ਤੋਂ ਦੇਖਣ ਨੂੰ ਮਿਲਿਆ ਡੀਜ਼ਲ ਦੀਆਂ ਵਾਧੀਆਂ ਕੀਮਤਾਂ ਨੂੰ ਵੇਖਦਿਆਂ ਕਾਨਪੁਰ ਨਗਰ ਨਿਗਮ ਗੱਡੀਆਂ ਦੀ ਬਜਾਏ ਬੈਲ ਗੱਡੀਆਂ ਤੇ ਕੂੜਾ ਚੁੱਕਣ ਦੀ ਤਿਆਰੀ ਕਰ ਰਿਹਾ ਇਸ ਦਿਨ ਦੀ ਪਹਿਲੇ ਪੜਾਅ ਦੇ ਵਿੱਚ ਇੱਕ ਬੈਲ ਗੱਡੀ ਬਣਾ ਕੇ ਸ਼ੁਰੂਆਤ ਕਰਨ ਦੀ ਤਿਆਰੀ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਵੱਡੀ ਕਾਰਵਾਈ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 327 ਕਰੋੜ ਦੀ ਜਾਇਦਾਦ ਜ਼ਬਤ ED ਦੇ ਵੱਲੋਂ ਪਘੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇਨਫੋਰਸਟਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਨੀਰਵ ਮੋਦੀ ਦੀ 326.99 ਕਰੋੜ ਦੀ ਜਾਇਦਾਦ ਪਘੌੜੇ ਆਰਥਿਕ ਅਪਰਾਧ ਐਕਟ ਤਹਿਤ ਜ਼ਬਤ ਕਰ ਲਈ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਜੂਨ ਦੇ ਸ਼ੁਰੂਆਤੀ ਹਫਤੇ PML A ਅਦਾਲਤ ਨੂੰ ਆਦੇਸ਼ ਦਿੱਤਾ ਗਿਆ ਕਿ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ ਇਸ ਹਦੇਸ਼ ਤੋਂ ਬਾਅਦ ਹੁਣ ਨੀਰਮੋਦੀ ਦੀਆਂ ਸਾਰੀਆਂ ਜਾਇਦਾਦਾਂ ਤੇ ਭਾਰਤ ਸਰਕਾਰ ਦਾ ਅਧਿਕਾਰ ਹੈ ਡਾਇਰੈਕਟਰ ਨੇ ਕਿਹਾ ਕਿ ਨੀਰਮੋਦੀ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਚੋਂ ਮੁੰਬਈ ਚੋਂ 4 ਫਲੈਟ ਅਲੀ ਬਾਗ ਦੇ ਵਿੱਚ ਜ਼ਮੀਨ ਇੱਕ ਫਾਰਮ ਹਾਊਸ ਲੰਡਨ ਦੇ ਵਿੱਚ ਫਲੈਟ ਯੂਏ ਦੇ ਵਿੱਚ ਇੱਕ ਫਲੈਟ ਤੇ ਜੈਸਲਮੇਰ ਦੇ ਵਿੱਚ ਇੱਕ ਵਿੰਡ ਮਿਲ ਅਤੇ ਬੈਂਕਾਂ ਅਤੇ ਸ਼ੇਅਰ ਦੇ ਵਿੱਚ ਜਮਾ ਪੈਸੇ ਸ਼ਾਮਲ ਹਨ ਕਿਹਾ ਜਾ ਰਿਹਾ ਕਿ ਈਡੀ ਦੀ ਇਸ ਵੱਡੀ ਕਾਰਵਾਈ ਕਾਰਨ ਨੀਰਮੋਦੀ ਨੂੰ ਬਹੁਤ ਨੁਕਸਾਨ ਚੱਲਣਾ ਪਿਆ ਹਾਲਾਂਕਿ ਇਸ ਤੋਂ ਪਹਿਲਾਂ ਨੀਰਮੋਦੀ ਨੇ ਈਡੀ ਦੁਆਰਾ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ ਫਰੀਦਕੋਟ ਜ਼ਿਲ੍ਹੇ ਚੋਂ 7 ਅੰਗਣਵਾੜੀ ਵਰਕਰ ਤੇ ਇੱਕ ਪੁਲਿਸ ਕਰਮਚਾਰੀ ਸਮੇਤ 17 ਕਰੋਨਾ ਪੋਜ਼ਿਟਿਵ ਸਿਵਲ ਸਰਪੰਨ ਫਰੀਦਕੋਟ ਡਾਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਫਰੀਦਕੋਟ ਜ਼ਿਲ੍ਹੇ ਦੇ ਅੰਦਰ कोरोना ਦੇ ਕੇਸਾਂ 'ਚੋ ਇਜਾਫਾ ਹੋ ਰਿਹਾ ਹੈ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ 'ਚੋ 17 ਨਵੇਂ ਕੋਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਹਨ 17 ਨਵੇਂ ਕੋਰੋਨਾ ਪੋਜ਼ਿਟਿਵ ਕੇਸਾਂ ਦੇ ਵਿੱਚੋ ਕੋਟਕਪੂਰਾ ਦੇ 9 ਪਿੰਡ ਵਾਂਦਰ ਜਟਾਨਾ ਦੇ 2 ਜੱਲਿਆਣਾ ਦੇ 2 ਪਿੰਡ ਸਿਰਸੜੀ ਦਾ 1 ਤੇ ਪਿੰਡ ਕੋਠੇ ਵੜਿੰਗ ਦੇ 2 ਕੇਸ ਤੇ ਕਮ ਕਮਰਾ ਪੱਤੀ ਜੈਤੂ ਦਾ 1 ਕੇਸ ਸ਼ਾਮਲ ਹੈ ਨਜਾਇਜ਼ ਸਬੰਧਾਂ ਦੇ ਸ਼ੱਕ ਚੋਂ ਪਿਤਾ ਪੁੱਤ ਨੇ ਕੀਤਾ ਸੀ ਪਸ਼ੂ ਵਪਾਰੀ ਦਾ ਕਤਲ ਪੁਲਿਸ ਨੇ ਪਿਤਾ ਨੂੰ ਕੀਤਾ ਕਾਬੂ ਐਤਵਾਰ ਅਤੇ ਸੋਮਵਾਰ ਦੇ ਦਰਮਿਆਨ ਰਾਤ ਨੂੰ ਖੰਨਾ ਦੇ ਪਿੰਡ ਕਲਾਲ ਮਾਜਰਾ ਵਿਖੇ ਪਸ਼ਵਾਂ ਦੇ ਵਾੜੇ ਚੋਰਾਖੀ ਲਈ ਸੌ ਰਹੇ 50 ਸਾਲ ਦੇ ਪਸ਼ੂ ਵਪਾਰੀ ਜਗਮੇਲ ਸਿੰਘ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲੇ ਨੂੰ ਖੰਨਾ ਪੁਲਿਸ ਨੇ ਸੁਲਝਾ ਲਿਆ ਹੈ ਤੇ ਪੁਲਿਸ ਦੇ ਵੱਲੋਂ ਕੀਤੀ ਗਈ ਜਾਂਚ ਦੇ ਅਨੁਸਾਰ ਜਗ ਮੇਲ ਸਿੰਘ ਦਾ ਕਤਲ ਨਾਜਾਇਜ਼ ਸਬੰਧਾਂ ਦੇ ਸ਼ੱਕ ਚ ਕੀਤਾ ਗਿਆ ਤੇ ਪੁਲਿਸ ਨੇ ਇਸ ਸਬੰਧ ਦੇ ਵਿੱਚ ਪਿੰਡ ਕਲਾਲ ਮਾਜਰਾ ਦੇ ਰਹਿਣ ਵਾਲੇ ਪਿਤਾ ਪੁੱਤਰ ਨੂੰ ਮਾਮਲੇ ਚ ਨਾਮਜ਼ਦ ਕਰਦਿਆਂ ਪਿਤਾ ਨੂੰ ਕਾਬੂ ਕੀਤਾ ਜਦਕਿ ਮੁਲਜ਼ਮ ਪੁੱਤਰ ਅਜੇ ਫਰਾਰ ਹੈ ਐਸਐਸਪੀ ਖੰਨਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਲਈ ਐਸਪੀਆਈ ਜਗਵਿੰਦਰ ਸਿੰਘ ਚੀਮਾ ਡੀਐਸਪੀਆਈ ਮਨਮੋਹਨ ਸਿੰਘ ਸਰਨਾ ਤੇ ਡੀਐਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸੈਮਸੰਗ ਨੂੰ ਪਛਾੜ ਹੂਵਾਈ ਬਣੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਚੀਨੀ ਕੰਪਨੀ ਹੂਵਾਈ ਅਤੇ ਸੈਮਸੰਗ ਚ ਕੁਝ ਸਾਲਾਂ ਤੋਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਸੀ ਅਸੀਂ ਇੱਥੇ ਗੱਲ ਕਰ ਰਹੇ ਹਾਂ ਸਮਾਰਟਫੋਨ ਬਿਜ਼ਨਸ ਦੀ ਇੱਕ ਦੋ ਸਾਲ ਹੂਵਾਈ ਲਈ ਖਰਾਬ ਰਏ ਤੇ ਹੁਣ ਕਈ ਦੇਸ਼ਾਂ ਦੇ ਵਿੱਚ ਹੂਵਾਈ ਦੀ ਵਧੀਆ ਸਥਿਤੀ ਝੂਣ ਨਹੀਂ ਹੈ ਤੇ ਅਮਰੀਕਾ ਤੋਂ ਬਾਅਦ ਬ੍ਰਿਟੇਨ ਚ ਵੀ ਹਵਾਈ ਦੇ ਲਈ ਕੁਝ ਸਮਾਂ ਬੈਨ ਰਹੀ ਹੈ ਤੇ ਕੈਨੇਡਾ ਤੋਂ ਵੀ ਭਾਰਤ ਤੱਕ ਇਹ ਚੂ ਇਸ ਫਿਲਹਾਲ ਕੰਪਨੀ ਚ ਕਈ ਦਿੱਕਤਾਂ ਆ ਰਹੀਆਂ ਵੱਡਾ ਕਾਰਨ ਡਾਟੇ ਨੂੰ ਲੈ ਕੇ ਹੈ ਅਮਰੀਕਾ ਦਾ ਦੋਸ਼ ਲਾਉਂਦੇ ਆ ਕੰਪਨੀ ਚੀਨੀ ਸਰਕਾਰ ਦੇ ਨਾਲ ਡਾਟਾ ਸ਼ੇਅਰ ਕਰਦੀ ਹੈ 스마트ਫੋਨ ਮਾਰਕੀਟ ਚ ਹੋਈ ਲਈ ਇੱਕ ਰਾਹਤ ਭਰੀ ਖਬਰ ਹੈ ਕਿਉਂਕਿ ਸੈਮਸੰਗ ਨੂੰ ਰਿਪਲੇਸ ਕਰਦੇ ਹੋਏ ਨੰਬਰ 1 ਤੇ 스마트ਫੋਨ ਕੰਪਨੀ ਬਣ ਗਈ ਆ ਪਾਵੇਂ ਹੁਣ ਹੋਈ ਦੁਨੀਆ ਦੀ ਸਭ ਤੋਂ ਵੱਡੀ 스마트ਫੋਨ ਮੇਕਰ ਕੰਪਨੀ ਹੈ ਜੋ ਕੋਜ ਚੀਨੀਆਂ ਚੀਨੀ মিডিਆ ਰਿਪੋਰਟਸ ਦੇ ਵਿੱਚ ਕਿਹਾ ਗਿਆ ਹੈ ਕਿ ਹਵਾਈ ਪਹਿਲੀ ਵਾਰ ਇਸ ਤਿਮਾਹੀ ਚ ਦੁਨੀਆ ਦੇ ਨੰਬਰ 1 ਸਮਾਰਟਫੋਨ ਮੇਕਰ ਬਣ ਗਈ ਹੈ। ਬਜਾਜ ਲਿਆਈ ਡਿਸਕ ਬ੍ਰੇਕ ਵਾਲਾ ਪਲਟੀਨਾ ਬਜਾਜ ਆਟੋ ਨੇ ਆਪਣੇ ਪ੍ਰਸਿੱਧ ਮੋਟਰਸਾਈਕਲ ਪਲਟੀਨਾ 100 ES ਦੀ ਡਿਸਕ ਬ੍ਰੇਕ ਮਾਡਲ ਨੂੰ ਭਾਰਤ ਦੇ ਵਿੱਚ ਲਾਂਚ ਕਰ ਦਿੱਤਾ ਤੇ 58373 ਰੁਪਏ ਦੀ ਕੀਮਤ ਦੇ ਨਾਲ ਇਸ ਨੂੰ ਮਾਰਕੀਟ ਦੇ ਵਿੱਚ ਉਤਾਰਿਆ ਹੈ। ਸੈਸ਼ਨ ਜੱਜ ਬਠਿੰਡਾ ਦੀ ਜਾਂਚ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਬਠਿੰਡਾ ਦੇ ਸੈਸ਼ਨ ਜੱਜ ਵੀ ਚੰਡੀਗੜ੍ਹ ਚ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਟੈਸਟ ਕੀਤੇ ਗਏ ਹਨ ਤੇ ਸੈਸ਼ਨ ਜੱਜ ਨੂੰ ਪਹਿਲਾਂ ਹੀ ਡਾਕਟਰ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ ਹੁਣ ਉਸ ਦੇ ਸੰਪਰਕ ਚ ਆਏ ਲੋਕਾਂ ਨੂੰ ਟਰੈਕ ਕੀਤਾ ਜਾਵੇਗਾ ਉਧਰ ਬਠਿੰਡਾ ਚ ਅੱਜ 5 ਲੋਕ ਕਰੋਨਾ ਵਾਇਰਸ ਦੇ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ ਫੌਜ ਨੂੰ ਫੇਸਬੁੱਕ ਅਤੇ ਇੰਸਟਾਗ੍ਰam ਅਕਾਊਂਟਸ ਹਨ 80 ਐਪਸ ਡਿਲੀਟ ਕਰਨ ਦੇ ਆਦੇਸ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ Indian Army ਆਪਣੇ ਸਾਰੇ ਅਧਿਕਾਰੀਆਂ ਤੇ ਸਿਪਾਹੀਆਂ ਨੂੰ 15 ਜੁਲਾਈ ਤੱਕ ਆਪਣੇ ਮੋਬਾਈਲ ਫੋਨਾਂ 'ਚੋਂ Facebook, Instagram account ਦੇ ਨਾਲ-ਨਾਲ 80 ਤੋਂ ਵੱਧ ਐਪਸ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਰੱਖਿਆ ਕਾਰਨਾਂ ਤੇ ਸੰਵੇਦਨਸ਼ੀਲ ਅੰਕੜਿਆਂ ਦੇ ਲੀਕ ਹੋਣ ਦਾ ਹਵਾਲਾ ਦਿੰਦੇ ਹੋਏ ਸਿਆਣਾ ਨੇ ਕਿਹਾ ਕਿ ਅਜਿਹੇ ਲੋਕ ਹੁਕਮ ਦਾ ਪਾਲਣ ਨਹੀਂ ਕਰਨਗੇ ਉਹਨਾਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਗੈਰਕਾਨੂੰਨੀ ਐਪਸ ਚੂਚੀਨੀ 59 ਐਪਸ ਦਾ ਸ਼ਾਮਲ ਹਨ ਜਿਨ੍ਹਾਂ ਚੋਂ ਟਿਕਟੋਕ ਵੀ ਸ਼ਾਮਲ ਹੈ ਇਸ ਐਪਸ ਦੇ ਉੱਤੇ ਕੇਂਦਰ ਸਰਕਾਰ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਪਿਛਲੇ 2-3 ਸਾਲਾਂ ਦੌਰਾਨ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਜਿੱਥੇ ਔਰਤਾਂ ਦੇ ਤੌਰ ਦੇ ਪੱਕੇ ਸਾਹਮਣੇ ਆਈ ਪਾਕਿਸਤਾਨੀ ਏਜੰਟਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਵਰਚੂਅਲੀ ਹਨੀ trap ਯਾਨੀ ਆਪਣੇ ਜਾਲ ਦੇ ਵਿੱਚ ਫਸਾ ਲਿਆ ਜਿਸ ਤੋਂ ਬਾਅਦ ਉਹਨਾਂ ਤੋਂ ਸੁਵੇਦਨਸ਼ੀਲ ਜਾਣਕਾਰੀ ਵੀ ਕਢਵਾ ਲਈ ਇੱਥੋਂ ਤੱਕ ਕਿ 2018 ਚੋਂ ਨਵੀਂ ਦਿੱਲੀ ਦੇ IAFs ਦੇ ਮੁੱਖ ਦਫ਼ਤਰ ਚ ਤਨਾਤ ਇੱਕ ਗਰੁੱਪ ਕﻔਤਾਨ ਵੀ ਇਸ ਦਾ ਸ਼ਿਕਾਰ ਹੋ ਗਿਆ ਫੌਜ ਨੇ ਹੁਣ ਤੱਕ ਆਪਣੇ ਕਰਮਚਾਰੀਆਂ ਨੂੰ ਫੇਸਬੁੱਕ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਸੀ ਪਰ ਇਸ ਤੇ ਕੁਝ ਪਾਬੰਦੀਆਂ ਸਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਆ ਪੰਜਾਬ ਸਰਕਾਰ ਨੇ ਆਈਲੈਂਡਸ ਹਮਤਿਹਾਨਾ ਬਾਰੇ ਕੀਤਾ ਵੱਡਾ ਫੈਸਲਾ ਸੋ ਦੋਸਤੋ ਆਈਲੈਂਡਸ ਵਾਲੇ ਵੀਰਾਂ ਅਤੇ ਭੈਣਾਂ ਦੇ ਲਈ ਬੜੀ ਵਧੀਆ ਫੈਸਲਾ ਕੈਪ ਪਟਨਾ ਸਰਕਾਰ ਨੇ ਕਰ ਦਿੱਤਾ ਜੀ ਯੂਨੀਵਰਸਿਟੀ ਅਤੇ ਕਾਲਜ ਬੋਰਡ ਦੇ ਇਮਤਿਹਾਨ ਰੱਦ ਕਰਨ ਤੋਂ ਬਾਅਦ ਕੈਪਟਨ ਸਰਕਾਰ ਆਈ ਲੈਟਸ ਦੇ ਟੈਸਟਾਂ ਦੇ ਲਈ ਉਲਕਾ ਨਿਰਣਾ ਲੈ ਲਿਆ ਹੈ ਬਿਲਕੁਲ ਜੀ ਸਰਕਾਰ ਨੇ ਆਈ ਲੈਟਸ ਦੇ ਐਗਜ਼ਾਮ ਦੀ ਪੂਰੀ ਆਗਿਆ ਦੇ ਦਿੱਤੀ ਹੈ ਜੀ ਸੋ ਜੇਕਰ ਤੁਹਾਨੂੰ ਇਹ ਖਬਰ ਵਧੀਆ ਲੱਗੀ ਤਾਂ ਯੈਸ ਜ਼ਰੂਰ ਲਿਖੋ ਪੰਜਾਬ ਦੇ ਸਪੈਸ਼ਲ ਮੁਖ ਸਕੱਤਰ ਗ੍ਰੈਸ ਸੀਤੀਸ਼ ਚੰਦਰਾ ਦੇ ਵੱਲੋਂ ਸਾਰੇ ਡਿਪਟੀ ਕਮਿਸ਼ਨਰ ਅਤੇ ਡੀਜੀਪੀ ਨੂੰ ਪੇਜੇ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕਾਉਂਸਲ ਅਤੇ ਆਈਡੀਪੀ ਐਜੂਕੇਸ਼ਨ ਆਈਡੀਪੀ ਐਜੂਕੇਸ਼ਨ ਇੰਡੀਆ ਦੇ ਵੱਲੋਂ 18 ਜੂਨ ਤੋਂ ਲਈ ਜਾਣ ਵਾਲੇ ਆਈਲੈਟਸ ਟੈਸਟਾਂ ਦੀ ਸਿਰਫ ਇਜਾਜ਼ਤ ਹੀ ਨਾ ਦਿੱਤੀ ਜਾਵੇ ਸਗੋਂ ਇਸ ਦੇ ਲਈ ਪੂਰੇ ਬੰਦੋਬਸਤ ਅਤੇ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ ਇਸ ਹੁਕਮ 'ਚ ਇਹ ਵੀ ਕਿਹਾ ਗਿਆ ਕਿ ਇੱਕ ਹਫਤਾਵਰੀ ਐਗਜ਼ਾਮ ਪੰਜਾਬ 50 50 ਦੇ ਬੈਚ ਬਣਾ ਕੇ ਸੋਸ਼ਲ ਦੂਰੀ ਦੀਆਂ ਹਦਾਇਤਾਂ ਮੁਤਾਬਕ ਇਜਾਜ਼ਤ ਦਿੱਤੀ ਜਾਵੇ ਗਾਂਗੂਲੀ ਨੇ ਏਸ਼ੀਆ ਕੱਪ ਦੇ ਰੱਦ ਹੋਣ ਦਾ ਕੀਤਾ ਐਲਾਨ ਤਾਂ ਕੀ ਹੋਵੇਗਾ ਆਈਪੀਐਲ ਇਸ ਸਾਲ ਏਸ਼ੀਆ ਕੱਪ ਦੇ ਆਯੋਜਨ ਤੇ ਇੰਤਰਾ ਇੰਤਜ਼ਾਰ ਕਰ ਰਹੇ ਫੈਨਸ ਦੇ ਲਈ ਬਹੁਤ ਬੁਰੀ ਖਬਰ ਹੈ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਇਸ ਸਾਲ ਸਤੰਬਰ ਚ ਹੋਣ ਵਾਲਾ ਏਸ਼ੀਆਈ ਕੱਪ ਨੂੰ ਰੱਦ ਕਰ ਦਿੱਤਾ ਗਿਆ ਤੇ ਇਹ ਐਲਾਨ ਏਸ਼ੀਅਨ ਕ੍ਰਿਕਟ ਕਾਉਂਸਲਿੰਗ ਦੇ 9 ਜੁਲਾਈ ਨੂੰ ਹੋਣ ਵਾਲੀ ਬੈਠਕ ਤੋਂ ਇੱਕ ਦਿਨ ਪਹਿਲਾਂ ਕੀਤਾ ਗਿਆ ਸੌਰਵ ਗਾਂਗੂਲੀ ਦੇ ਫੈਸਲੇ ਦੇ ਬਾਰੇ ਤੂੰ ਜ਼ਿਆਦਾ ਨਹੀਂ ਦੱਸਿਆ ਉਹਨਾਂ ਨੇ ਕਿਹਾ ਬਸ ਏਸ਼ੀਆ ਕੱਪ ਕੈਨਸਲ ਯਾਨੀ ਕਿ ਰੱਦ ਹੋ ਗਿਆ ਗਾਂਗੂਲੀ ਨੇ ਇਹ ਨਹੀਂ ਦੱਸਿਆ ਕਿ ਇਹ ਫੈਸਲਾ ਏਸ਼ੀਆ ਕ੍ਰਿਕਟ ਕਾਉਂਸਲ ਨੇ ਲਿਆ ਜਾਂ ਨਹੀਂ ਉਹਨਾਂ ਨੇ ਇੱਕ ਸਮਾਚਾਰ ਏਜੰਸੀ ਦੇ ਨਾਲ ਇੰਸਟਾਗ੍ਰਾਮ ਲਾਈਵ ਚੈਟ 'ਚੂ ਇਹ ਕਹਿਣਾ ਮੁਸ਼ਕਲ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੋਰੋਨਾ ਤੋਂ ਸਾਵਧਾਨੀਆਂ ਵਰਤਣ ਦੇ ਲਈ ਢਾਬਾ ਮਾਲਕਾਂ ਦੇ ਵੱਲੋਂ ਫਲੈਕਸ ਲਗਾਉਣੇ ਸ਼ੁਰੂ ਇਸ ਮੌਕੇ ਹੋਟਲ ਮਾਲਕ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਵਰਗੀ ਭੈੜੀ ਬਿਮਾਰੀ ਜਿਸ ਤੋਂ ਡਰਨ ਦੀ ਘੱਟ ਲੋੜ ਅਤੇ ਸਾਵਧਾਨੀਆਂ ਜ਼ਿਆਦਾ ਰੱਖਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਜਨਤਾ ਨੂੰ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਰ ਇੱਕ ਵਿਅਕਤੀ ਨੂੰ ਮਾਸਕ ਲਾ ਕੇ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਦਵਾਈ ਨਾ ਮਿਲੀ ਤਾਂ ਭਾਰਤ ਚੋਂ 2021 ਚ ਰੋਜਾਨਾ ਆ ਸਕਦੇ ਹਨ 287000 ਕਰੋਨਾ ਕੇਸ ਸਟੱਡੀ ਜੇਕਰ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਨਹੀਂ ਹੁੰਦੀ ਤਾਂ ਭਾਰਤ ਚੋਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਮਹਾਮਾਰੀ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਸਕਦਾ 84 ਦੇਸ਼ਾਂ ਦੇ ਵਿੱਚ ਟੈਸਟਿੰਗ ਅਤੇ ਕੇਸਾਂ ਦੇ ਅੰਕੜਿਆਂ ਦੇ ਆਧਾਰਤ ਐਮ ਆਈਟੀ ਦੇ ਖੋਜਕਰਤਾਵਾਂ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਫਰਵਰੀ 2021 ਤੱਕ ਹਰ ਦਿਨ 2,87,000 ਕੇਸਾਂ ਦੇ ਨਾਲ ਭਾਰਤ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਜਾਵੇਗਾ ਐਸ ਆਈਟੀ ਦਾ ਇਹ ਅਧਾਇਨ ਅਮਰੀਕੀ ਸੋਲੇਨ ਸਕੂਲ ਆਫ ਮੈਨੇਜਮੈਂਟ ਦੀ ਹਾਜ਼ਿਰ ਰਹਿਮਨ ਆਦਾਦ ਈਵਾਈ ਲਿਮ ਅਤੇ ਜਹੌਨ ਸਟ੍ਰੈਮਨ ਦੁਆਰਾ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕਰੋਨਾ ਦੇ ਕੇਸਾਂ ਚ ਦਿਨੋ ਦਿਨ ਵਧ ਰਹੇ ਹਨ ਇਸ ਦੇ ਲਈ ਹਰ ਵਿਅਕਤੀ ਸਾਵਧਾਨੀ ਜ਼ਰੂਰ ਵਰਤੇ ਐਸ ਡੀ ਐਮ ਵਿਆਧਵੀ ਕਾਂਡ ਤੋਂ ਨਾਮਜਦ ਤਿੰਨ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਫਰੀਦਕੋਟ ਅਦਾਲਤ ਦੇ ਵੱਲੋਂ ਵਾਰੰਟ ਜਾਰੀ ਇਸ ਵੇਲੇ ਦੀ ਵੱਡੀ ਖਬਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਧਵੀ ਮਾਮਲੇ ਤੋਂ ਜਾਂਚ ਕਰ ਰਹੀ ਸਟ ਨੂੰ ਵਿਆਧਵੀ ਕਾਂਡ ਤੋਂ ਨਾਮਜਦ ਡੇਰਾ ਸੱਚਾ ਸੌਦਾ ਦੀ ਕਮੇਟੀ ਦੇ ਮੈਂਬਰ ਹਰਸ਼ ਧੂਰੀ ਪ੍ਰਦੀਪ ਕਲੇਰਤਾ ਤੇ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦੇ ਲਈ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਹਾਸਲ ਹੋ ਚੁੱਕੇ ਹਨ ਐਸਆਈਟੀ ਵੱਲੋਂ 6 ਜੂਨ 2020 ਨੂੰ ਉਕਤ ਦੋ ਲੋਕਾਂ ਨੂੰ ਦੋਸ਼ੀ ਮੰਨਦੇ ਹੋਏ ਨਾਮਜ਼ਦ ਕੀਤਾ ਗਿਆ ਸੀ ਇਹਨਾਂ ਦੇ ਨਾਲ ਹੀ ਡੇਰਾ ਮੁਖੀ ਰਾਮ ਰਹੀਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਹਾਲੇ ਐਸਆਈਟੀ ਅਸਫਲ ਰਹਿਣ ਤੇ 6 ਜੂਨ ਦੇ ਮਾਮਲੇ ਨੂੰ ਅੱਲਾ ਚਲਾਨ ਪੇਸ਼ ਕੀਤੇ ਗਏ ਚਲਾਨ ਦੇ ਨਾਲ ਤਿੱਜੇ ਤਿੰਨਾ ਮੁਲਾਜ਼ਮਾਂ ਦੀ ਮਾਫ ਕਰਨਾ ਤਿੰਨਾ ਮੁਲਜ਼ਮਾਂ ਦੀ ਗ੍ਰਿਫਟਾਰੀ ਦੀ ਮੰਗ ਕੀਤੀ ਗਈ ਸੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ